ਦੋਸਤੋ ਅੱਜ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੀ ਪਾਵਰ ਦੱਸਣ ਲੱਗਾ। ਪਿਛਲੇ ਦਿਨੀ ਮੇਰੇ ਵੱਲੋਂ ਇੱਕ ਮਸਲਾ ਚੁੱਕਿਆ ਗਿਆ ਸੀ ਸ਼੍ਰੋਮਣੀ ਕਮੇਟੀ ਦੀ ਸਰਾਂ ਦੀ ਸਫਾਈ ਦਾ। SGPC ਵੱਲੋਂ 15 ਤੋਂ 18 ਲੱਖ ਰੁਪਈਆ, ਕਰੀਬ 2.25 ਕਰੋੜ ਰੁਪਈਏ ਹਰ ਸਾਲ ਭੁਗਤਾਨ ਕੀਤਾ ਜਾ ਰਿਹਾ ਔਰ ਇਹ ਕਰੀਬ 2.5 ਸਾਲ ਤੋਂ ਜਾਰੀ ਸੀਗਾ। ਮੇਰੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਇਹਦਾ ਟੈਂਡਰ ਲਗਾਇਆ ਜਾਵੇ ਕਿਉਂਕਿ ਕਈ ਲੋਕ ਬਹੁਤ ਘੱਟ ਰੇਟ 'ਤੇ ਕੰਮ ਕਰਨ ਨੂੰ ਤਿਆਰ ਨੇ। ਮੇਰੇ ਇਕੱਲੇ ਦੇ ਬੋਲਣ ਨਾਲ ਤਾਂ ਭਾਵੇਂ ਟੈਂਡਰ ਨਾ ਲਾਉਂਦੇ, ਪਰ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ 'ਤੇ ਲਾਹਨਤਾਂ ਹੀ ਇੰਨੀਆਂ ਕੁ ਪਾਈਆਂ। ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਦੇ ਸਾਹਮਣੇ ਇਹ ਮੁੱਦਾ ਜਿਹੜਾ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ ਔਰ ਇਹਨਾਂ ਨੂੰ ਉਹ ਟੈਂਡਰ ਲਾਉਣਾ ਪਿਆ। ਅਤੇ ਤੁਹਾਨੂੰ ਹੈਰਾਨੀ ਵੀ ਹੋਊਗੀ ਅਤੇ ਖੁਸ਼ੀ ਵੀ ਕਿ ਜਿਹੜਾ ਕੰਮ ਕਰੀਬ 2 ਕਰੋੜ ਰੁਪਈਏ ਦੇ ਕਰੀਬ ਕਰੀਬ ਸਾਲ ਦੇ ਵਿੱਚ ਕੀਤਾ ਜਾਂਦਾ ਸੀਗਾ, ਉਹੀ ਕੰਮ ਇੱਕ ਸਨਸ਼ਾਈਨ ਨਾਂ ਦੀ ਕੰਪਨੀ ਨੇ ਮਹਿਜ 72 ਲੱਖ ਰੁਪਈਏ ਦੇ ਵਿੱਚ ਉਹ ਕਰਨ ਲਈ ਤਿਆਰ ਹੋ ਗਈ। 1 ਅਗਸਤ ਤੋਂ ਉਹਨੇ ਆਪਣਾ ਜਿਹੜਾ ਕੰਮ ਆ ਉਹ ਸੰਭਾਲ ਵੀ ਲਿਆ। ਸਾਲਾਨਾ ਮਤਲਬ ਉਹ ਜਿਹੜਾ ਕੰਮ ਆ ਸਿਰਫ 72 ਲੱਖ ਰੁਪਈਏ ਦੇ ਵਿੱਚ ਕਰੂਗੀ। ਇਹਦਾ ਮਤਲਬ ਕਿ 2.25 ਕਰੋੜ ਰੁਪਈਏ ਦੀ ਸਾਲਾਨਾ ਬਚਤ। ਹੁਣ ਸਵਾਲ ਇਹ ਵੀ ਹੈ ਕਿ ਪਿਛਲੇ 2.5 ਸਾਲਾਂ ਦੇ ਵਿੱਚ ਜੋ ਗੁਰੂ ਘਰ ਦਾ ਕਰੀਬ ਕਰੀਬ 3 ਕਰੋੜ ਰੁਪਈਏ ਦਾ ਨੁਕਸਾਨ ਹੋਇਆ, ਕੀ ਉਹ ਸੁਖਬੀਰ ਬਾਦਲ ਜਮ੍ਹਾਂ ਕਰਾਊਗਾ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਮ੍ਹਾਂ ਕਰਾਊਗਾ? ਅਤੇ ਇਹ ਤਾਂ ਇੱਕ ਮੁੱਦਾ ਹੈ। ਇਹੋ ਜਿਹੇ ਸੈਂਕੜੇ ਸਕੈਂਡਲ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਵਿੱਚ ਅਰਬਾਂ ਖਰਬਾਂ ਕਰੋੜਾਂ ਰੁਪਈਆਂ ਦਾ ਜਿਹੜਾ ਉਹ ਘਪਲਾ ਕਰਦੀ ਹੈ, ਗੁਰੂ ਘਰਾਂ ਨੂੰ ਲੁੱਟਿਆ ਜਾ ਰਿਹਾ, ਜਿਸ ਦੀਆਂ ਪਰਤਾਂ ਜੇ ਖੁੱਲਣੀਆਂ ਨੇ ਔਰ ਇਹ ਖੁੱਲਣੀਆਂ ਵੀ ਚਾਹੀਦੀਆਂ ਨੇ। SGPC ਦੀ ਅਕਾਲੀ ਦਲ ਦੇ ਆਗੂਆਂ ਨੇ ਉਹ ਹਾਲਤ ਕਰ ਦਿੱਤੀ ਹੈ ਕਿ ਰੱਬ ਦੀਆਂ ਬੇਪਰਵਾਹੀਆਂ ਅਤੇ ਕੁੱਤੇ ਖਾਣ ਮਲਾਈਆਂ। ਕਈ ਲੋਕ ਮੈਨੂੰ ਲਿਖਦੇ ਆ ਕਿ ਤੁਸੀਂ ਵਧੀਆ ਬੋਲਦੇ ਹੋ ਪਰ ਬੋਲਣ ਨਾਲ ਕੁਝ ਨਹੀਂ ਹੁੰਦਾ, ਪਰ ਅੱਜ ਮੈਂ ਦੱਸਣ ਲੱਗਾ ਕਿ ਬੋਲਣ ਨਾਲ ਬੜਾ ਕੁਝ ਹੁੰਦਾ ਜੇ ਲੋਕ ਸਾਥ ਦੇਣ ਅਤੇ ਗੱਲ ਸੱਚਾਈ ਦੀ ਹੋਵੇ। ਪਿੱਛੇ ਜੇ ਮੈਂ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਵੰਡੀਆਂ ਗਈਆਂ ਸੀ ਉਹਦਾ ਇਸ਼ੂ ਚੁੱਕਿਆ ਸੀ, ਉਹਦੇ ਬਾਅਦ ਉਸ ਮੰਤਰੀ ਦਾ ਮਹਿਕਮਾ ਬਦਲਿਆ ਗਿਆ। ਅੰਮ੍ਰਿਤਸਰ 'ਚ ਬੈਕਵਰਡ ਕਲਾਸਿਸ ਦੀ ਇੱਕ ਲਾਟ ਹੋਈ ਜਗ੍ਹਾ ਦੇ ਉੱਤੇ ਹੋਟਲ ਖੁੱਲ੍ਹ ਚੱਲਿਆ ਸੀ, ਉਹ ਮੈਂ ਬੋਲ ਕੇ ਰੋਕਿਆ, ਲੋਕਾਂ ਨੇ ਸਾਥ ਦਿੱਤਾ। ਇਸ ਤਰ੍ਹਾਂ ਦੇ ਕਈ ਮੁੱਦੇ ਹਨ ਜਿਨ੍ਹਾਂ 'ਚ ਜਦੋਂ ਲੋਕਾਂ ਦਾ ਸਾਥ ਮਿਲਿਆ ਤਾਂ ਉਹ ਹੱਲ ਵੀ ਹੋਏ ਔਰ ਉਹ ਲੋਕ ਆਪਣੀਆਂ ਹਰਕਤਾਂ ਤੋਂ ਬਾਅਦ ਵੀ ਆਏ, ਪਰ ਮੈਂ ਕਦੀ ਵੀ ਹੋਏ ਕੰਮ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਵੋਟਾਂ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦਾ, ਕਿਰਦਾਰ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦਾ ਅਤੇ ਜਜ਼ਬਾਤਾਂ ਦੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਵਾਂ ਕਿ ਮੇਰੀ ਕਹੀ ਬਾਤ ਹਰ ਕੋਈ ਸਮਝ ਨਹੀਂ ਪਾਤਾ, ਮੈਂ ਅਹਿਸਾਸ ਕਹਿਤਾ ਹੂੰ ਔਰ ਲੋਕ ਅਲਫਾਜ਼ ਸੁਣਤੇ ਹੈ। ਮੈਂ ਇਹ ਵੀ ਮੰਨਦਾ ਕਿ ਮੇਰੇ ਇਕੱਲੇ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿਹੋ ਜਿਹੇ ਤੁਸੀਂ ਹੋ ਉਹੋ ਜਿਹੇ ਆਮ ਬੰਦਾ ਮੈਂ ਹਾਂ। ਮੇਰੇ ਬੋਲਣ ਦਾ ਮਕਸਦ ਇਹ ਵੀ ਹੁੰਦਾ ਕਿ ਇਹ ਮੈਂ ਮਸਲਾ ਜਿਹੜਾ ਉਹ ਤੁਹਾਡੇ ਧਿਆਨ 'ਚ ਲੈ ਕੇ ਆਇਆ, ਤੁਸੀਂ ਵੀ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੋ, ਆਪਣਾ ਫਰਜ਼ ਅਦਾ ਕਰੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ। ਪੰਜਾਬ ਦੇ ਠੱਗ ਧੋਖੇਬਾਜ਼ ਅਤੇ ਗੱਦਾਰਾਂ ਦੇ ਚਿਹਰੇ ਮੈਂ ਤੁਹਾਡੇ ਸਾਹਮਣੇ ਨੰਗੇ ਕਰਦਾ ਰਹੂੰਗਾ ਤੱਥਾਂ ਦੇ ਨਾਲ। ਉਸ ਹੱਕ ਸੱਚ ਦੀ ਲੜਾਈ 'ਚ ਤੁਸੀਂ ਮੇਰਾ ਸਾਥ ਦੇਣਾ ਜਾਂ ਤੁਸੀਂ ਉਸ ਹੱਕ ਸੱਚ ਦੀ ਲੜਾਈ ਨੂੰ ਲੜਨਾ ਜਾਂ ਨਾ ਲੜਨਾ, ਇਹ ਤੁਹਾਡੇ ਹੱਥ 'ਚ ਹੈ। ਜਿੰਨਾ ਚਿਰ ਸਾਹ ਪ੍ਰਾਣ ਹਨ ਮੈਂ ਆਪਣਾ ਫਰਜ਼ ਨਿਭਾਉਂਦਾ ਰਹੂੰਗਾ। ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਪੰਜਾਬ ਨੂੰ ਬਚਾਉਣ ਲਈ ਨਿਕਲਿਆ, ਨਾ ਇਹ ਮੇਰੇ ਇਕੱਲੇ ਤੋਂ ਬਚਣਾ, ਪਰ ਮੈਂ ਇੰਨਾ ਜ਼ਰੂਰ ਕਹਿੰਦਾ ਕਿ ਪੰਜਾਬ ਲਈ ਲੜਦਾ ਰਹੂੰਗਾ ਚਾਹੇ ਕੋਈ ਕੁਛ ਵੀ ਕਵੇ। ਕਿ ਬੁੱਲਿਆ ਆਸ਼ਕ ਹੋਇਓ ਰੱਬ ਦਾ, ਮਲਾਮਤ ਹੋਈ ਲਾਖ, ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ।